स्टूडेंट्स वेलकम आवर टुडेस टॉपिक इज साइंस जर्नल्स ਸਭ ਤੋਂ ਪਹਿਲਾਂ ਸਾਨੂੰ ਜਰਨਲ ਦਾ ਜਿਹੜਾ मीनिंग ਆ ਉਹ ਕਲੀਅਰ ਹੋਣਾ ਚਾਹੀਦਾ ਹੈ ਕਿ ਜਰਨਲ ਕੀ ਹੁੰਦੇ ਆ ਅ ਰਿਕਾਰਡ ਆਫ ਐਕਸਪੀਰੀਐਂਸਸ ਆਈਡੀਆਜ਼ ਆਰ ਰਿਫਲੈਕਸ਼ਨਸ ਕੈਪਟ ਰੈਗੂਲਰਲੀ ਫਾਰ ਯੂਜ਼ ਮੀਨਸ ਸਾਡੇ ਕੋਲ ਜੋ ਐਕਸਪੀਰੀਐਂਸਸ ਹੁੰਦੇ ਆ ਸਾਡੇ ਆਈਡੀਆਜ਼ ਹੁੰਦੇ ਆ ਤੇ ਜਾਂ ਕੁਝ ਰਿਫਲੈਕਸ਼ਨਸ ਹੁੰਦੀਆਂ ਨੇ ਮੀਨ ਕੁਝ ਪ੍ਰਤੀਕਿਰਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਅਸੀਂ ਰੈਗੂਲਰਲੀ ਯੂਜ਼ ਕਰਨ ਦੇ ਲਈ ਇੱਕ ਜੀ ਦਾ ਰਿਕਾਰਡ ਮੇਨਟੇਨ ਕਰਦੇ ਆ ਦੈਟਸ ਕਾਲਡ ਜਰਨਲ it is a magazine especially one that deals with a specialized subject ਹੁਣ ਜਰਨਲ ਕੀ ਹੁੰਦਾ ਇਹ ਇੱਕ ਸਪੈਸ਼ਲ ਜਿਹੜਾ ਸਬਜੈਕਟ ਹੁੰਦਾ ਉਹਦੇ ਨਾਲ ਡੀਲ ਕਰਦਾ ਜਿਵੇਂ ਕਿ ਸਾਇੰਸ ਜਰਨਲਸ ਐਜੂਕੇਸ਼ਨ ਜਰਨਲਸ ਤੇ ਮੈਡੀਕਲ ਜਰਨਲਸ ਅ ਪੀਰੀਓਡੀਕਲ ਔਰ ਮੈਗਜ਼ੀਨ ਸਪੈਸ਼ਲੀ ਪਬਲਿਸ਼ਡ ਫਾਰ ਅ ਸਪੈਸ਼ਲ ਗਰੁੱਪ ਤੇ ਇਹ ਸਪੈਸ਼ਲ ਗਰੁੱਪ ਦੇ ਲੇਹੀ ਪਬਲਿਸ਼ ਕੀਤੇ ਜਾਂਦੇ ਨੇ ਸਪੈਸ਼ਲ ਗਰੁੱਪ ਵੱਲੋਂ ਹੀ ਪਬਲਿਸ਼ ਕੀਤੇ ਜਾਂਦੇ ਨੇ ਜਿਵੇਂ ਕਿ ਉਹਨਾਂ ਐਜੂਕੇਸ਼ਨ ਜਰਨਲਸ ਨੇ ਤਾਂ ਇਹਦੇ ਤੇ ਇਹਦੇ ਵਿੱਚ ਜੋ ਵੀ ਮਟੀਰੀਅਲ ਪ੍ਰਿੰਟ ਹੋਏਗਾ ਜੋ ਵੀ ਆਰਟੀਕਲ ਇਹਦੇ ਵਿੱਚ ਛਾਪਣਗੇ ਤਾਂ ਉਹ ਜਿਹੜੇ ਐਜੂਕੇਸ਼ਨਿਸਟ ਨੇ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੱਲੋਂ ਹੀ ਪਬਲਿਸ਼ ਹੋਣਗੇ ਮੀਨਸ ਉਹਨਾਂ ਦਾ ਹੀ ਰਿਟਨ ਮਟੀਰੀਅਲ ਹੋਏਗਾ ਤੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਹੀ ਹੋਏਗਾ ਭਾਵੇਂ ਅਸੀਂ ਯੂਨੀਵਰਸਿਟੀ ਲੈਵਲ ਦੀ ਗੱਲ ਕਰੀਏ ਭਾਵੇਂ ਅਸੀਂ ਸਕੂਲ ਲੈਵਲ ਦੀ ਮੈਗਜ਼ੀਨ ਇਨ ਰਿਲੇਟਡ ਟੂ ਪਰਟੀਕੂਲਰ ਸਬਜੈਕਟ অর professions ਹੁਣ ਜਿਹੜੇ ਮੈਗਜ਼ੀਨ ਨੇ ਜਾਂ ਜਿਹੜੇ ਜਰਨਲ ਨੇ ਇਹ ਪਰਟੀਕੂਲਰ ਸਬਜੈਕਟ অর professions ਦੇ ਨਾਲ ਹੀ ਰਿਲੇਟਡ ਹੁੰਦੇ ਨੇ ਹੁਣ ਜੋ ਸਾਇੰਸ ਜਰਨਲ ਨੇ ਇਟ ਮੀਨਸ ਦੋ ਜਰਨਲਸ ਥੈਟ ਆਰ ਰਿਲੇਟਡ ਟੂ ਸਾਇੰਸ ਆਰ ਕਾਲਡ ਸਾਇੰਸ ਜਰਨਲਸ ਮੀਨਸ ਜੋ ਕਿ ਸਾਇੰਸ ਦੇ ਨਾਲ ਸਾਇੰਸ ਦੇ ਵਿੱਚ ਕੋਈ ਰਿਸਰਚਸ ਹੋ ਰਹੀਆਂ ਨੇ ਸਾਇੰਸ ਨਾਲ ਰਿਲੇਟਡ ਕੋਈ ਨਿਊ ਇਨਫੋਰਮੇਸ਼ਨ ਹੈ ਸਾਇੰਸ ਨਾਲ ਰਿਲੇਟਡ ਕੁਝ ਫੈਕਟਸ ਨੇ ਦਾ ਦੇ ਉੱਪਰ ਕੁਛ ਸੈਮੀਨਾਰ ਕਰਵਾਇਆ ਗਿਆ ਉਹਦੇ ਵਿੱਚੋਂ ਬਰੀਫ ਜਿਹੜੀ ਇਨਫੋਰਮੇਸ਼ਨ ਹੈ ਉਹ ਕਿਦੇ ਵਿੱਚ ਐਡ ਹੋਏਗੀ ਜਰਨਲ ਦੇ ਵਿੱਚ ਤਾਂ ਅਸੀਂ ਉਸ ਜਰਨਲ ਨੂੰ ਕਹਾਂਗੇ ਇਟਸ ਸਾਇੰਸ ਜਰਨਲ ਸਮ ਜਰਨਲਸ ਮੀਨ ਜਿਹੜੇ ਸਾਇੰਸ ਨਾਲ ਲਿਟਰ ਜਰਨਲਸ ਨੇ ਕਿਹੜੇ ਕਿਹੜੇ ਜਿਵੇਂ ਕਿ ਵਿਗਿਆਨ શિક્ષਕ ਹੁਣ ਇਹ ਸਾਰੇ ਪੀਰੀਆਡਿਕਲੀ ਛਾਪਦੇ ਹੈ ਮੀਨਸ ਕੋਈ 3 ਮੰਥਸ ਕੀ ਕੋਈ ਐਨੂਅਲ ਹੁੰਦਾ ਹੈ ਕੋਈ ਆਫਟਰ 1 ਮੰਥ ਹੁੰਦਾ ਹੈ ਨੈਕਸਟ ਹੈ ਸਾਇੰਸ ਰਿਪੋਰਟਸ ਨੇ ਵੀ ਸਾਇੰਸ ਟੂਡੇ ਇਹ ਵੀ ਕਿ ਜਰਨਲ ਹੈ ਜੋ ਕਿ ਸਾਇੰਸ ਨਾਲ ਰਿਲੇਟਡ ਹੈ ਨੈਕਸਟ ਹੈ ਸਕੂਲ ਸਾਇੰਸ ਜਿਹੜਾ ਕਿ ਸਕੂਲ ਦੀ ਸਾਇੰਸ ਨਾਲ ਰਿਲੇਟਡ ਹੈ ਨੈਕਸਟ ਹੈ ਵਿਗਿਆਨ ਲੋਕ ਇਹ ਸਾਰੇ ਜਿਹੜੇ ਜਰਨਲਸ ਨੇ ਇਹ ਸਾਇੰਸ ਦੇ ਨਾਲ ਸੰਬੰਧਿਤ ਨੇ ਇਹਨਾਂ ਦੇ ਵਿੱਚ ਸਾਇੰਸ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਪਬਲਿਸ਼ ਹੁੰਦੀ ਹੈ ਨੈਕਸਟ ਹੈ ਯੂਸਸ ਆਫ ਜਰਨਲਸ ਹੁਣ ਜਿਹੜੇ ਜਰਨਲਸ ਨੇ ਇਹਨਾਂ ਦੇ ਕਿਹੜੇ ਕਿਹੜੇ ਯੂਸਸ ਨੇ ਮੀਨਜ਼ ਕੀ ਲਾਭ ਨੇ ਫਰਸਟ ਹੈ ਫਾਰ ਡਿਸਟ੍ਰਮੀਨੇਟਿੰਗ ਰਿਸਰਚ ਫਾਈਂਡਿੰਗਸ ਜੋ ਵੀ ਸਾਇੰਸ ਦੇ ਨਾਲ ਰਿਲੇਟਡ ਰਿਸਰਚਸ ਹੁੰਦੀਆਂ ਨੇ ਉਹਨਾਂ ਨੂੰ ਫਾਈਂਡ ਕਰਨ ਦੇ ਲਈ ਤੇ ਉਹਨਾਂ ਨੂੰ ਡਿਸੈਮੀਨੇਟ ਕਰਨ ਦੇ ਲਈ ਜਿਹੜੇ ਜਰਨਲਸ ਨੇ ਉਹ ਸਾਡੇ ਯੂਜ਼ ਦੇ ਵਿੱਚ ਆਉਂਦੇ ਆ ਇਨਫੋਰਮੇਸ਼ਨ ਰਿਲੇਟਡ ਟੂ ਸਾਇੰਸ ਅਗਰ ਅਸੀਂ ਸਾਇੰਸ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਗੇਨ ਕਰਨਾ ਚਾਹੁੰਦੇ ਆ ਤਾਂ ਸਾਨੂੰ ਜਿਹੜੇ ਸਾਇੰਸ ਦੇ ਜਰਨਲ ਨੇ ਉਹ ਸਾਡੀ ਹੈਲਪ ਕਰਨਗੇ ਨੈਕਸਟ ਟੂ ਕਲੀਅਰ ਦਾ ਕਨਸੈਪਟ ਅਗਰ ਅਸੀਂ ਕੋਈ ਵੀ ਜਿਹੜਾ ਕਨਸੈਪਟ ਆ ਉਹਨੂੰ ਕਲੀਅਰ ਕਰਨਾ ਹੈ ਤਾਂ ਉਹਦੇ ਲਈ ਵੀ ਸਾਨੂੰ ਜਿਹੜੇ ਜਰਨਲਸ ਨੇ ਉਹ ਹੈਲਪਫੁਲ ਨੇ ਮੀਨ ਕਿਸੇ ਵੀ ਤਰ੍ਹਾਂ ਦਾ ਕਨਸੈਪਟ ਕੋਈ ਵੀ ਆਈਡੀਆ ਸਾਡੇ ਮਾਈਂਡ ਦੇ ਵਿੱਚ ਸੀ ਅਗਰ ਉਹਦੇ ਬਾਰੇ ਅਸੀਂ ਕੋਈ ਵੀ ਉਹਨੂੰ ਕਲੀਅਰੈਂਸ ਚਾਹੁੰਦੇ ਆ ਕਨਸੈਪਟ ਦੀ ਤਾਂ ਜਰਨਲ ਦੀ ਹੈਲਪ ਲਵਾਂਗੇ ਫਾਰ origignal ਇਨਫਰਮੇਸ਼ਨ ਤੇ ਜਿਹੜੇ ਜਰਨਲਸ ਨੇ ਉਹਨਾਂ ਦੇ ਅਸੀਂ ਵਰਤੋਂ origignal ਇਨਫਰਮੇਸ਼ਨ ਲੈਣ ਦੇ ਲਈ ਵੀ ਕਰ ਸਕਦੇ ਆ ਫਾਰ ਡਾਟਾ ਕਲੈਕਸ਼ਨ ਅਗਰ ਅਸੀਂ ਕਿਸੇ ਵੀ ਤਰ੍ਹਾਂ ਦਾ ਸਾਇੰਸ ਨਾਲ ਰਿਲੇਟਡ ਜਿਹੜਾ ਡਾਟਾ ਕਲੈਕਟ ਕਰਨਾ ਹੈ ਤਾਂ ਉਹਦੇ ਲਈ ਵੀ ਜਿਹੜੇ ਸਾਇੰਸ ਦੇ ਜਰਨਲਸ ਨੇ ਉਹ ਹੈਲਪਫੁਲ ਹੋਣਗੇ ਡੀਅਰ ਸਟੂਡੈਂਟਸ ਏਸੀ ਤੁਹਾਡਾ ਟਾਪਿਕ ਸਾਇੰਸ ਜਰਨਲਸ ਦੇ ਨਾਲ ਥੈਂਕਸ ਫਾਰ ਵਾਚਿੰਗ